ਆਪਣੇ ਕਿਸਾਨੀ ਦੀ ਗੱਲ, ਆਪਣੇ ਮਜ਼ਦੂਰਾਂ ਦੀ ਗੱਲ ਸਿਰ ਧੌਣ ਦੀ ਬਾਜ਼ੀ ਲਾ ਕੇ ਕਰੀ ਹੈ। ਤੁਸੀਂ ਸਾਥ ਦਿੱਤਾ, ਸਹਿਯੋਗ ਦਿੱਤਾ, ਤੁਸੀਂ ਮੈਨੂੰ ਜੇਲ੍ਹ ਦੇ ਵਿੱਚੋਂ ਬਾਹਰ ਕਰਾਇਆ। ਮਾਨ ਸਾਹਿਬ ਦਾ ਬਹੁਤ ਵੱਡੀ ਸਹਿਯੋਗ ਰਿਹਾ, ਸਾਥ ਰਿਹਾ, ਜਿੱਥੇ ਬੰਦਿਆਂ ਸਾਥ ਰਿਹਾ, ਵੱਖ ਵੱਖ ਕਿਸਾਨ ਦਿੱਤੇ ਬੰਦਿਆਂ ਸਾਥ ਰਿਹਾ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪਰ ਪੰਜਾਬ ਜੋ ਅੱਜ ਤਾਂ ਬੜੇ ਮਾੜੇ ਦੌਰ ਦੇ ਵਿੱਚ ਪੰਜਾਬ ਦੀ ਜਵਾਨੀ ਗੁਜ਼ਰ ਰਹੀ ਹੈ, ਪੰਜਾਬ ਦੀ ਨੌਜਵਾਨੀ ਜੇ ਦੇਖਦੇ ਹਾਂ, ਜ਼ਿਆਦਾਤਰ ਪੰਜਾਬ ਦੀ ਜਵਾਨੀ ਜੋ ਬਾਹਰ ਜਾਣ ਦੀ ਪ੍ਰਵਾਸ ਦੀ ਬੜੀ ਵੱਡੀ ਹੋੜ ਲੱਗੀ ਹੋਈ ਹੈ। ਦੂਸਰੀ ਜਿਹੜੀ ਜਵਾਨੀ ਜ਼ਿਆਦਾਤਰ ਰਹਿ ਗਈ ਨਸ਼ੇ ਦੀ ਦਲਦਲ ਦੇ ਵਿੱਚ, ਸਰਕਾਰਾਂ ਦੇ ਮਾੜੇ ਸਿਸਟਮ ਨੇ ਨਸ਼ੇ ਦੇ ਵੱਲ ਧੱਕ ਦਿੱਤੀ ਗਈ। ਪਰ ਮੈਂ ਦੇਖਿਆ ਕਿ ਦੁਨੀਆ ਦੀ ਸਭ ਤੋਂ ਜਰਖੇਜ਼ ਧਰਤੀ, ਉਪਜਾਊ ਧਰਤੀ ਪੰਜਾਬ ਨੂੰ ਛੱਡ ਕੇ ਨੌਜਵਾਨ 25-25-30-40 ਲੱਖ ਰੁਪਇਆ ਲਾ ਕੇ ਦੇਸ਼ਾਂ ਧਰਤੀ ਵੱਲ ਜਾ ਰਹੇ ਨੇ। ਇੱਥੇ ਕਿਸਾਨ ਵੀ ਰੱਜ ਕੇ ਖਾ ਸਕਦਾ ਹੈ, ਇੱਥੇ ਮਜ਼ਦੂਰ ਵੀ ਰੱਜ ਕੇ ਖਾ ਸਕਦਾ ਹੈ। ਅੱਜ ਕਣਕਾਂ ਵੱਢ ਲਈਆਂ, ਸਾਰਿਆਂ ਦੇ ਘਰਾਂ ਦੇ ਢੋਲਾਂ ਦੇ ਵਿੱਚ ਕਣਕਾਂ ਪਈਆਂ ਨੇ। ਜੇ ਕੋਈ ਬੰਦਾ 4 ਦਿਨ ਕੰਮ ਨਹੀਂ ਵੀ ਕਰੂਗਾ ਤਾਂ ਵੀ ਜਿਹੜੀ ਸ਼ਾਮ ਨੂੰ ਰੋਟੀ ਮਿਲ ਸਕਦੀ ਹੈ। ਪਰ ਵਿਦੇਸ਼ਾਂ ਦੇ ਵਿੱਚ ਮੈਂ ਜਾ ਕੇ ਦੇਖਿਆ, ਜੇਕਰ ਬੰਦਾ ਸਵੇਰੇ ਕੰਮ ਨਹੀਂ ਕਰ ਜਾਊਗਾ ਤਾਂ ਸ਼ਾਮ ਨੂੰ ਰੋਟੀ ਨਹੀਂ ਮਿਲਣੀ। ਪਰ ਅਸੀਂ ਇੱਥੇ ਪੰਜਾਬ ਦੀ ਗੱਲ ਕਰ ਰਹੇ ਹਾਂ। ਇੱਕ ਨੌਜਵਾਨ ਆਇਆ, ਉਹਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੇ ਉੱਪਰ ਦੂਰ ਕੀਤਾ, ਨਸ਼ੇ ਦੇ ਉੱਪਰੋਂ ਦੂਰ ਕਰਕੇ ਜਵਾਨੀ ਨੂੰ ਚੰਗੇ ਰਾਹ ਪਾਉਣ ਦੀ ਕੋਸ਼ਿਸ਼ ਕੀਤੀ, ਜਵਾਨੀ ਨੂੰ ਗੁਰੂ ਦੇ ਨਾਲ ਅੰਮ੍ਰਿਤ ਛਕਾਉਣ ਦੀ ਜਿਹੜੀ ਕੋਸ਼ਿਸ਼ ਕੀਤੀ, ਅੰਮ੍ਰਿਤ ਬਹੁਤ ਵੱਡੀ ਤਦਾਦ ਦੇ ਵਿੱਚ ਛਕਾਇਆ ਵੀ। ਪਰ ਸਰਕਾਰਾਂ ਨੂੰ ਜਿਹੜੀ ਇੱਕ ਗੱਲ ਹਾਜ਼ਮ ਆਈ, ਪਰ ਸਮੇਂ ਦੀ ਜਿਹੜੀ ਸਰਕਾਰ ਹੈ, ਸੈਂਟਰ ਦੀ ਸਰਕਾਰ ਨੇ ਹਮੇਸ਼ਾ ਤੋਂ ਹੀ ਜਦੋਂ ਤੋਂ ਦੇਸ਼ ਆਜ਼ਾਦ ਹੋਇਆ 1947 ਤੋਂ ਲੈ ਕੇ ਅੱਜ ਤੱਕ ਵੀ ਸੈਂਟਰ ਗੌਰਮੈਂਟ ਦਿੱਲੀ ਨੇ ਹਮੇਸ਼ਾ ਪੰਜਾਬ ਦੇ ਨਾਲ ਧੱਕੇ ਕਰੇ ਨੇ। ਪਰ ਦੁੱਖ ਉਦੋਂ ਹੁੰਦਾ ਹੈ ਜਿਹੜੇ ਪੰਜਾਬ ਦੇ ਕੁਰਸੀਆਂ ਦੇ ਉੱਪਰ ਬਿਠਾਏ ਪੰਜਾਬ ਦੇ ਦੋਗਲੇ ਨੇ, ਜਾ ਕੇ ਉਹਨਾਂ ਨੇ ਸੈਂਟਰ ਦੇ ਅੱਗੇ ਹੱਥ ਅੱਡੇ ਕਿ ਪੰਜਾਬ ਦੇ ਵਿੱਚ ਪਤਾ ਨਹੀਂ ਕੀ ਅੱਤਵਾਦ ਆ ਗਿਆ। ਉਹ ਨੌਜਵਾਨਾਂ ਨੂੰ ਲਿਆ ਕੇ ਇੱਥੇ 40-50 ਫੌਜ ਦੀਆਂ ਟੁਕੜੀਆਂ, ਉਹ ਨੌਜਵਾਨਾਂ ਨੂੰ ਜਾ ਕੇ ਅੱਜ ਡਿਬਰੂਗੜ੍ਹ ਦੇ ਜੇਲ੍ਹਾਂ ਦੇ ਵਿੱਚ ਸੁੱਟਤਾ, ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਬਚਾਉਣ ਦੀ ਕੋਸ਼ਿਸ਼ ਕੀਤੀ। ਤੁਸੀਂ ਦੇਖਿਆ ਹੀ ਹੋਣਾ ਜਿਹੜੇ ਨੌਜਵਾਨਾਂ ਨੇ ਕੋਈ ਪੰਜਾਬ ਦੀ ਗੱਲ ਕੀਤੀ, ਜਾਂ ਤਾਂ ਗੋਲੀਆਂ ਨਾਲ ਮਰਵਾਤੇ ਜਾਂ ਜੇਲ੍ਹਾਂ ਦੇ ਵਿੱਚ ਸੁੱਟਤੇ। ਪਰ ਮੈਂ ਸੱਚ ਦੇ ਵਿੱਚ ਖੜਾ ਹੋ ਕੇ ਕਹਿਣਾ, ਮੈਂ ਪੰਜਾਬ ਦੀ ਸਿਰ ਧੜਦੀ ਬਾਜ਼ੀ ਲਾ ਕੇ ਲੜਿਆ। ਕੋਈ 5 ਰੁਪਏ ਸਾਬਤ ਕਰਦੇ, ਲੱਖਾਂ ਕਰੋੜਾਂ ਰੁਪਏ ਲੋਕਾਂ ਨੇ ਵਾਪਸ ਕਰਵਾਏ ਨੇ, ਕਹਿੰਦੇ ਕਹਾਉਂਦੇ ਪੁਲਿਸਾਂ ਦੇ ਮੁਲਾਜ਼ਮਾਂ ਦੇ ਨੌਜਵਾਨਾਂ ਦੇ ਪੈਸੇ ਵਾਪਸ ਕਰਵਾਏ ਨੇਗੇ, ਮੇਰੇ ਕੋਲ ਲਿਸਟਾਂ ਪਈਆਂ ਨੇ ਥਾਣੇਦਾਰਾਂ ਦੇ, ਨੇ ਨੌਜਵਾਨਾਂ ਦੇ ਪੈਸੇ ਵਾਪਸ ਕਰਵਾਏ ਨੇਗੇ। ਮੈਂ ਪਟਿਆਲੇ ਦੀ ਗੱਲ ਕਰ ਲਓ, ਕਿਤੇ ਵੱਖ ਵੱਖ ਥਾਵਾਂ ਦੇ ਪੁਲਿਸ ਮੁਲਾਜ਼ਮਾਂ ਦੇ ਮੈਂ ਪੈਸੇ ਵਾਪਸ ਕਰਵਾਏ ਨੇ, ਕੋਈ 5 ਰੁਪਏ ਸਾਬਤ ਕਰਦੇ। ਪਰ ਪੰਜਾਬ ਦੀ ਜਿਹੜੀ ਸਮੇਂ ਦੀ ਸਰਕਾਰ ਹੈ, ਉਹਦੇ ਅੱਖਾਂ ਦੇ ਵਿੱਚ ਰੜਕਦਾ ਆਡਾ ਭਗਵੰਤ ਮਾਨ, ਭਗਤ ਸਿੰਘ ਦੀ ਬੰਨ ਕੇ ਪੱਗ ਮਖੌਟਾ ਲੋਕਾਂ ਦੇ ਵਿੱਚ ਬੰਨੀ ਫਿਰਦਾ, ਇਹਨੇ ਮੇਰੇ ਉੱਪਰ 7 ਪਰਚੇ ਪਾਏ, ਮੇਰੀ ਭੈਣਾਂ ਤੱਕ ਨਹੀਂ ਬਖਸ਼ੀਆਂ, ਮੇਰੀ ਮਾਂ ਤੱਕ ਨਹੀਂ ਬਖਸ਼ੀ। ਜਦੋਂ ਪਤਾ ਲੱਗਿਆ ਇਸ ਬੰਦੇ ਨੂੰ ਕਿ ਇਹਦੀ ਮਾਂ ਮੇਰੀ ਨੂੰ 5 ਸਾਲ ਹੋ ਗਏ, ਤਾਂ ਉੱਥੋਂ ਦਾ ਸਾਡੇ ਘਰ ਵਾਲਾ ਚੱਕ ਕੇ ਅਸੀਂ ਨੂੰ ਲੈਣ ਹਾਜ਼ਰ ਕਰਤਾ। ਇਹ ਸਰਕਾਰਾਂ ਦੇ ਇਹ ਕਰਜ਼ਿਆਂ ਕੀ ਨੇ, ਤੁਹਾਨੂੰ ਸਭ ਨੇ ਪਤਾ ਹੀ ਹੈ, ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲਾ ਹੈ ਭਗਵੰਤ ਮਾਨ। ਅੱਜ ਪੰਜਾਬ ਦਾ ਜਿਹੜਾ ਦੋਗਲਾ ਚਿਹਰਾ ਸਾਬਤ ਹੋ ਗਿਆ, ਗੱਲਾਂ ਕਰਦਾ ਲੋਕਾਂ ਅੱਗੇ ਜਾ ਕੇ ਗੱਲਾਂ ਕਰਦਾ, ਮੈਂ ਬਿਜਲੀ ਦੇ ਰਿਹਾ, ਮੈਂ ਪਾਣੀ ਦੇ ਰਿਹਾ, ਮੈਂ ਮੁਫ਼ਤਾਂ ਦੇ ਰਿਹਾ, ਮੈਂ ਉਹ ਦੇ ਰਿਹਾ। ਉਹ ਸਾਡੀ ਜਿਹੜੀ ਕੌਮ ਹੈ ਦੁਨੀਆ 'ਤੇ ਰਾਜ ਕੀਤਾ ਹੋਇਆ, 40 ਸਾਲ ਸਾਡੇ ਮਹਾਰਾਜਾ ਰਣਜੀਤ ਸਿੰਘ ਨੇ 41 ਸਾਲ ਰਾਜ ਕਰਿਆ, ਬਾਬਾ ਬੰਦਾ ਸਿੰਘ ਨੇ, ਬਹਾਦਰ ਨੇ ਰਾਜ ਕਰਿਆ, ਦੁਨੀਆ ਦੇ ਵਿੱਚ ਸਾਡੀ ਜਿਹੜੀ ਉਹ ਕੌਮ ਹੈ, ਵੱਖਰੀ ਪਹਿਚਾਣ ਹੈ। 90% ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਯਾਦ ਕਰਵਾਇਆ, ਮੁਗਲਾਂ ਤੋਂ ਯਾਦ ਕਰਵਾਇਆ, ਅੰਗਰੇਜ਼ਾਂ ਤੋਂ ਯਾਦ ਕਰਵਾਇਆ। ਪਰ ਅੱਜ ਤੁਸੀਂ ਸਾਡੇ ਹੱਥ ਦੇ ਵਿੱਚ ਠੂਕਾ ਫੜਾਤਾ ਭਗਵੰਤ ਮਾਨ ਸਾਹਿਬ, ਤੁਸੀਂ ਦੇਖੋ ਕਿ ਸਾਡਾ ਰਾਜਪਾਲ ਕਿੱਡਾ ਵੱਡਾ ਰਿਹਾ,
1947 ਤੋਂ ਲੈ ਕੇ ਅੱਜ ਤੱਕ ਜਿਹੜਾ ਪੰਜਾਬ ਨੂੰ ਇਨਸਾਫ ਨਹੀਂ ਮਿਲਿਆ। ਪੰਜਾਬ ਦੀ ਜਿਹੜਾ ਇਹ ਕਾਰਨ ਹੈ, ਸਾਰਾ ਬਰਬਾਦੀ ਦਾ ਕਾਰਨ ਹੈ, ਪੰਜਾਬ ਦੇ ਜਿਹੜੇ ਰਾਜਨੀਤਿਕ ਲੀਡਰ ਹੋਏ ਨੇਗੇ, ਜਿਨ੍ਹਾਂ ਨੇ ਦਿੱਲੀ ਦੇ ਨਾਲ ਸਮਝੌਤੇ ਕੀਤੇ, ਪੰਜਾਬੀ ਸੂਬਾ ਵੱਡੀਆਂ ਕੁਰਬਾਨੀਆਂ ਦੇ ਕੇ ਲੈਤਾ, ਪੰਜਾਬ ਦੇ ਪਾਣੀ ਖੋਏ ਗਏ, ਪੰਜਾਬੀ ਬੋਲਦੇ ਸੂਬੇ ਖੋਏ ਗਏ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਖੋਈ ਗਈ। ਤੂੰ ਕਿਹੜੀਆਂ ਗੱਲਾਂ ਕਰਦਾ, ਕਿਹੜੀਆਂ ਫਰੀ ਵਾਲੀਆਂ ਗੱਲਾਂ ਕਰਦਾ? ਦੁਨੀਆਂ ਦੇ ਵਿੱਚ ਵੱਖਰੀ ਪਹਿਚਾਣ ਹੈ, ਇੰਨਾ ਅਨਾਜ ਪੰਜਾਬ ਦੀ ਧਰਤੀ 'ਤੇ ਹੁੰਦਾ ਹੈ, ਕਨੇਡਾ ਅਮਰੀਕਾ ਤੋਂ ਵੱਧ ਉਪਜਾਊ ਸਾਡੀ ਪੰਜਾਬ ਦੀ ਧਰਤੀ ਹੈ। ਅੱਜ ਪਰ ਪੰਜਾਬ ਦੇ ਵਿੱਚ ਕੋਈ ਪੰਜਾਬ ਦਾ ਨੌਜਵਾਨ ਰਹਿਣ ਨੂੰ ਤਿਆਰ ਨਹੀਂ। ਕੋਈ ਸਾਰੇ ਜਿਹੜੇ ਨਸ਼ਿਆਂ ਦੇ ਉੱਪਰ ਲਾ ਕੇ, ਮੈਂ ਹਿੱਕ ਠੋਕ ਕੇ ਥਿੱਕ ਤਾੜ ਕੇ ਗੱਲ ਕਹਿਣਾ ਕਿ ਨਸ਼ਾ ਪੰਜਾਬ ਦੇ ਵਿੱਚ ਤਾਂ ਨਹੀਂ ਬੰਦ ਹੁੰਦਾ, ਬੇਸ਼ੱਕ ਇੱਥੇ ਪ੍ਰਸ਼ਾਸਨ ਸੁਣ ਰਿਹਾ, ਸੀਆਰਟੀਆਂ ਦੇ ਸੁਣ ਰਹੇ ਨੇ, ਕਿਉਂਕਿ ਮੈਂ ਮਲੇਰਕੋਟਲਾ ਜ਼ਿਲ੍ਹੇ ਦੇ ਵਿੱਚ ਰਿਹਾ, ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਰਿਹਾ। ਮੈਂ ਨੌਜਵਾਨਾਂ ਨੂੰ ਪੁੱਛਦਾ ਵੀ ਨਸ਼ਾ ਆਉਂਦਾ ਕਿੱਥੋਂ ਹੈ, ਕਹਿੰਦੇ ਬਈ ਦਿੱਲੀ ਤੋਂ ਲਿਆ ਕੇ ਨਸ਼ਾ ਵੇਚਦੇ ਰਹੇ। ਉੱਥੇ ਮਲੇਰਕੋਟਲੇ ਕੋਲੇ ਪਿੰਡ ਹੈ ਨੌਜਵਾਨ ਦਾ, ਉਹਦਾ ਸੰਗਰੂਰ ਦੇ ਵਿੱਚ ਸਭ ਤੋਂ ਵੱਧ ਨਸ਼ਾ ਵੇਚਣ ਦੇ ਵਿੱਚ ਮਸ਼ਹੂਰ ਸੀ ਗਾਂਵ ਦਾ। 3 ਸਾਲ ਕਹਿੰਦਾ ਬਾਈ ਮੈਂ ਪੂਰਾ ਚਿੱਟਾ ਦਿੱਲੀ ਤੋਂ ਲਿਆ ਕੇ ਵੇਚਿਆ, ਜਿੰਨਾ ਟਾਈਮ ਮੇਰੀ ਪਰਸਨਲ ਸੈਟਿੰਗ ਰਹੀ ਹੈ, ਕਹਿੰਦਾ ਉਨਾ ਟਾਈਮ ਮੈਂ ਨਸ਼ਾ ਵੇਚਦਾ ਰਿਹਾ, ਮੈਂ ਜਿੰਨਾ ਟਾਈਮ ਪੁਲਿਸ ਨੂੰ ਪੈਸੇ ਦਿੰਦਾ ਰਿਹਾ। ਪਰ ਜਦੋਂ ਪੁਲਿਸ ਨੂੰ ਪੈਸੇ ਦੇਣੇ ਬੰਦ ਕਰਤੇ, ਤਾਂ ਕਹਿੰਦਾ ਮੇਰੇ ਉੱਪਰ ਫੜ ਕੇ ਪਰਚਾ ਪਾਤਾ। ਅਸੀਂ ਕਹਿਣੀਆਂ ਵੀ ਚੰਗੇ ਕੰਮ ਵੀ ਕੀਤੇ ਨੇ ਪੁਲਿਸ ਨੇ, ਪਰ ਜਿਹੜਾ ਪੁਲਿਸ ਪੈਸੇ ਲੈਂਦੀ ਹੈ, ਮੈਂ ਚਾਹੁੰਦਾ ਕਿ ਕਾਬਲੀਅਤ ਦਾ ਸੱਚ ਹੋਵੇ ਨੇ, ਪਰ ਕਾਬਲੀਅਤ ਦੇ ਆਧਾਰ ਤੇ ਸੱਚੋ ਨਹੀਂ ਲੱਗਦੇ। 50-50 ਕਰੋੜ ਰੁਪਇਆ ਲੈ ਕੇ ਦੇ ਕੇ ਆ ਸੱਚੋ ਥਾਣੇ ਦੇ ਵਿੱਚ ਲੱਗਦੇ ਨੇ, DSP ਲੱਗਦੇ ਨੇਗੇ, SSP ਲੱਗਦੇ ਨੇਗੇ, ਪਰ ਜਿਹੜਾ ਇਹ ਪੈਸਾ ਜਿਹੜਾ ਸਰਕਾਰ ਨੂੰ ਦਿੰਦੇ ਨੇ, MLA ਨੂੰ ਦਿੰਦੇ ਨੇ, ਇਹ ਪੈਸਾ ਭਰਾਵੋ ਇਕੱਠਾ ਕਿੱਥੋਂ ਹੁੰਦਾ? ਤੁਸੀਂ ਆਪਣੇ ਤੁਹਾਡੇ ਜ਼ਮੀਰਾਂ ਜਾਗਦੇ ਨੇ, ਦੱਸੋ ਨਸ਼ੇ ਦੇ ਉੱਪਰੋਂ ਪੈਸਾ ਪੈਸਾ ਇਕੱਠਾ ਹੁੰਦਾ ਹੈ। ਪੰਜਾਬ ਦੇ ਵਿੱਚ 50,000 ਏਜੰਟ ਆ ਕੇ ਬਹਿ ਗਿਆ, ਕਰੋੜਾਂ ਲੱਖਾਂ ਕਰੋੜਾਂ ਰੁਪਇਆ ਇਹ ਏਜੰਟ ਕਮਾ ਰਹੇ ਨੇ। ਇੱਥੋਂ ਤੋਂ ਮੀਂਹ ਚਿਹਰ ਚੋਣ ਲੜ ਰਿਹਾ, 200 ਕਰੋੜ, 300 ਕਰੋੜ, 400 ਕਰੋੜ ਦੇ ਏਜੰਟਾਂ ਦੇ ਪਰਚੇ ਨੇ, ਉਹਨਾਂ ਨੂੰ ਮੀਂਹ ਚਿਹਰ ਸਨਮਾਨਿਤ ਕਰ ਰਿਹਾ। ਫਿਰ ਦੱਸੋ ਫਿਰ ਪੈਸਾ ਹੋਰ ਕਿੱਥੋਂ ਜਾਂਦਾ ਹੈ, ਕਿੱਥੋਂ ਆ ਰਿਹਾ ਹੈ ਪੈਸਾ? ਇਹ ਜਿਹੜਾ ਪੈਸਾ ਇਕੱਠਾ ਕਰਕੇ, ਇਸ ਕਰਕੇ ਨਸ਼ਾ ਬੰਦ ਨਹੀਂ ਹੁੰਦਾ ਭਰਾਵੋ। ਸਭ ਤੋਂ ਵੱਡੀ ਸਰਕਾਰ ਨੂੰ ਜਿਹੜੀ ਕਮਾਈ ਹੈ, ਉਹ ਨਸ਼ੇ ਉੱਪਰੋਂ ਕਮਾਈ ਹੈ। ਨਸ਼ਾ ਡਾਂਗ ਦੇ ਸਿਰ ਤੇ ਡੰਗ ਕੇ ਜੋੜ ਤੇ ਬੰਦ ਹੋ ਸਕਦਾ ਜੇ ਸਰਕਾਰ ਕਰਾਉਣਾ ਚਾਹੇ। ਕਰੋਨਾ ਟਾਈਮ ਸਾਨੂੰ 1 ਮਹੀਨਾ ਘਰੋਂ ਨਹੀਂ ਨਿਕਲ ਦਿੱਤਾ ਗਿਆ, ਇੱਥੇ ਮਾਵਾਂ ਦੇ ਸੁਹਾਗ ਰੁਲ ਕੇ ਧੀਆਂ ਭੈਣਾਂ ਦੇ ਦੇਖੋ ਜਾ ਕੇ ਤੇ ਕੀ ਹਾਲਾਤ ਰਹਿ ਗਏ, ਕਿਤੇ ਮਾਵਾਂ ਦੇ ਜਿਹੜੇ ਪੁੱਤ ਮਰ ਕੇ ਚਿੱਟੇ ਨਸ਼ੇ ਦੇ ਵਿੱਚ। ਪੰਜਾਬ ਦੇ ਵਿੱਚ ਸਭ ਤੋਂ ਲੜਾਕੂ ਕੌਮ ਅੱਜ ਉਹਨੂੰ ਨਸ਼ੇ ਦੇ ਉੱਪਰ ਲਾਤਾ, ਜਿਹੜੀ ਬੰਬਾਂ ਤੋਪਾਂ ਟੈਂਕਾਂ ਨਾਲ ਖਤਮ ਨਹੀਂ ਹੋਈ, ਅੱਜ ਉਹ ਜਵਾਨਾਂ ਨੂੰ ਨਸ਼ਾ ਖਤਮ ਕਰ ਰਿਹਾ ਹੈ। ਨੌਜਵਾਨੋ ਆਪਣਾ ਮੂਲ ਪਹਿਚਾਣੋ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਤੋਂ ਲੈ ਕੇ 10ਵੇਂ ਪਾਤਸ਼ਾਹ ਮਹਾਰਾਜ ਤੱਕ ਜ਼ੁਲਮ ਨਾਲ ਲੜਾਈ ਰਹੀ ਹੈ। ਸਾਡੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਨੇ ਬਾਬਰ ਨੂੰ ਜਾ ਰੁਕਿਆ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਗੁਰਤਾ ਗਤੀ ਤੇ ਬੈਠੇ ਤੇ ਤੱਤੀ ਤਵੀ ਤੇ ਬੈਠੇ, ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਾ ਕੇ ਚਾਂਦਨੀ ਚੌਕ ਦੇ ਵਿੱਚ ਸ਼ੀਸ ਕਟਾਇਆ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਨੇ ਸਾਰਾ ਸਰਬੰਸ ਵਾਰਤਾ, ਅੱਜ ਤੁਸੀਂ ਪਖੰਡੀ ਬਾਬਿਆਂ ਪਿੱਛੇ ਲੱਗੇ ਫਿਰਦੇ ਹੋ। ਇਸ ਕਰਕੇ ਆਪਣਾ ਮੂਲ ਪਛਾਣੀਏ, ਜਿਹੜੇ ਬਾਬੇ ਨੇ ਲੈ ਕੇ 50-50 ਗੰਨਮੈਨ 30-30 ਗੰਨਮੈਨ ਲੈ ਕੇ ਤੇ ਸਰਕਾਰਾਂ ਦੀ ਗੱਲ ਕਰਦੇ ਫਿਰਦੇ ਨੇ। ਮਾਨ ਸਾਹਿਬ ਬੈਠੇ ਨੇ, ਸਪੀਚ ਦੇ ਵਿੱਚ ਆਪਣੇ ਕਹਿੰਦੇ ਹੁੰਦੇ ਨੇ, ਮੈਂ ਇਕੱਲਾ ਨਿਕਲਦਾ, ਜਿਹਦੀ ਮਰਜ਼ੀ ਹੈ ਗੋਲੀ ਮਾਰ ਕੇ ਦਿਖਾਓ, ਪਰ ਪਖੰਡੀ ਬਾਬੇ ਨਾਲ ਇੰਨੀਆਂ ਸਿਕਿਉਰਿਟੀ ਨੇ, ਇੰਨੀਆਂ ਕਾਰਤਾਂ ਲੱਗੀਆਂ। ਕਦੇ ਮਾਨ ਸਾਹਿਬ ਨੇ ਸਿਕਿਉਰਿਟੀ ਨਹੀਂ ਮੰਗੀ, ਕਦੇ ਕੋਈ ਪੁਲਿਸ ਦਾ ਕੋਈ ਅਧਿਕਾਰੀ ਨਹੀਂ ਮੰਗਿਆ, ਕਿਤੇ ਫੌਜ ਦਾ ਅਧਿਕਾਰੀ ਨਹੀਂ ਮੰਗਿਆ, ਪਰ ਪਖੰਡੀ ਬਾਬੇ ਦੀ ਵੀ ਤੁਸੀਂ ਪਹਿਚਾਣ ਕਰ ਲਿਓ। ਇਸ ਕਰਕੇ ਭਰਾਵੋ ਆਪਣਾ ਮੂਲ ਪਛਾਣੀਏ, ਨੌਜਵਾਨੋ ਗੁਰੂ ਦੇ ਲੜ ਲੱਗੀਏ, ਅੰਮ੍ਰਿਤ ਛਕੀਏ, ਬਾਣੀ ਦੇ ਧਾਰਨੀ ਹੋਈਏ। ਬੇਸ਼ੱਕ ਮੈਂ ਦਾੜੀ ਕਿਸੇ ਨੂੰ ਪਾ ਦਿੰਦਾ ਹੈ, ਪਰ ਜ਼ਿੰਦਗੀ ਦੇ ਵਿੱਚ 5 ਰੁਪਏ ਦਾ ਨਸ਼ਾ ਨਹੀਂ ਕਰਿਆ, ਨਿਤਨੇਮ ਦਾ ਧਾਰਨੀ ਹੈ। ਜੇਕਰ ਤੁਸੀਂ ਬਾਣੀ ਦੇ ਲੜ ਲੱਗੋਗੇ, ਗੁਰੂ ਦੇ ਲੜ ਲੱਗੋਗੇ,
ਨਾਲ ਘਿਓ ਵਿਗੜੀ ਹੈ, ਇਹ ਭਰ ਭਰਾ ਦੂਜਾ ਚਿਹਰਾ। ਮੈਂ ਅੱਜ ਕੱਲ੍ਹ ਕਹਿ ਕੇ ਜਾਂਦਾ ਪੰਜਾਬ ਨੂੰ ਲੁੱਟ ਕੇ, ਪੰਜਾਬ ਨੂੰ ਲੁੱਟ ਕੇ, ਹਜ਼ਾਰਾਂ ਕਰੋੜਾਂ ਰੁਪਏ ਲੁੱਟ ਕੇ। ਅੱਜ ਜਿਹੜਾ ਰਾਜ ਉੱਤੇ ਡਾਂਡਾ ਪੰਜਾਬ ਨੂੰ ਚਲਾਉਂਦਾ ਸੀ, ਅੱਜ ਉਹ ਇੰਗਲੈਂਡ ਦੇ ਵਿੱਚ ਬੈਠਾ ਹੈ। ਅੱਜ ਉਹ ਭਾਜਪਾ ਦੇ ਵਿੱਚ ਜਾਣ ਨੂੰ ਤਿਆਰ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਹੀ ਭਗਵੰਤ ਮਾਨ ਨੇ ਭਾਜਪਾ ਦੇ ਵਿੱਚ ਜਾਣਾ, ਜਦੋਂ ਤੁਸੀਂ ਲੋਕਾਂ ਨੇ ਛਿੱਤਰ ਖਿੱਚ ਲਿਆ, ਲੋਕਾਂ ਨੇ ਡੰਡਾ ਖਿੱਚ ਲਿਆ। ਇਸ ਕਰਕੇ ਨੌਜਵਾਨੋ, ਆਓ ਜਿਹੜਾ ਆਪਣੇ ਪੰਥ ਦੀ ਗੱਲ ਕਰੀਏ, ਕੌਮ ਦੀ ਗੱਲ ਕਰੀਏ। ਪੰਜਾਬ ਨੂੰ ਇੱਕ ਵੱਖਰਾ ਇੱਕ ਸੂਬਾ ਬਣਾਉਣਾ ਹੈ, ਦੁਨੀਆ ਦੇ ਇੱਕ ਵੱਖਰੀ ਪਹਿਚਾਣ ਹੈ ਪੰਜਾਬੀਆਂ ਦੀ। ਸਾਰਾ ਭਾਰਤ ਛਿੱਤਰ ਖਾਂਦਾ ਰਿਹਾ, ਆਜ਼ਾਦੀ ਪੰਜਾਬੀਆਂ ਨੇ ਲੈ ਕੇ ਦਿੱਤੀ ਹੈ, ਮੁਗਲਾਂ ਨੂੰ ਸਾਡੀ ਸਿੱਖ ਕੌਮ ਨੇ ਪਜਾਇਆ। ਇਸ ਕਰਕੇ ਇਹ ਦੋਗਲਾਂ ਦੀ ਪਹਿਚਾਣ ਜਿੰਨਾ ਜਲਦੀ ਕਰ ਲਓ, ਉਨਾ ਜਲਦੀ ਚੰਗੇ ਰਹੋਗੇ। ਇਹ ਭਗਵੰਤ ਮਾਨ ਗੱਲਾਂ ਕਰਦਾ ਹੈ। ਮੈਂ ਹੋਰਾਂ ਨੇ ਟੋਇਲ ਵਿੱਚ ਆ ਕੇ ਜੈਨ ਦੋਰੀਆਂ ਬਦਲੇ ਨੇ, ਮੈਂ ਰੇਹ ਸਿੱਟਿਆ। ਆ ਅੱਖਾਂ ਦੇ ਵਿੱਚ ਅੱਖ ਪਾ ਕੇ ਗੱਲ ਕਰੀ, ਕਿਤੇ ਮੇਰੇ ਨਾਲ ਬਰਾਬਰ ਤੁਰ ਕੇ ਦੇਖੀ ਰੇਹ ਦੀ ਗੋਲੀ ਚੱਕ ਕੇ। ਤੂੰ ਕਹਿਣਾ ਮੈਂ ਮਹਿੰਦਰ ਮਾਸਟਰ ਦਾ ਪੁੱਤ ਹੈ, ਤੂੰ ਅੱਜ ਮਹਿੰਦਰ ਮਾਸਟਰ ਦਾ ਪੰਜਾਬ ਦਾ ਪੁੱਤ ਨਹੀਂ ਰਿਹਾ, ਤੂੰ ਦਿੱਲੀ ਦਾ ਪੁੱਤ ਬਣ ਚੁੱਕਿਆ, ਤੂੰ ਕੇਜਰੀਵਾਲ ਦਾ ਪੁੱਤ ਬਣ ਚੁੱਕਿਆ। ਅਮਿਤ ਸ਼ਾਹ ਦਾ ਘਿਓ ਗਿੱਡੀ ਹੋ ਕੇ ਚੱਲਦਾ, ਆਰ ਐਸ ਐਸ ਦਾ ਘਿਓ ਗਿੱਡੀ ਹੋ ਕੇ ਚੱਲਦਾ। ਤੂੰ ਗੱਲਾਂ ਕਰਦਾ, ਤੂੰ ਕਿਹੜੇ ਮੂੰਹ ਪੰਜਾਬ ਦੇ ਵਿੱਚ ਦਿਖਾਉਣਾ ਚਾਹੁੰਦਾ? ਅੱਜ ਸੈਂਟਰ ਗੌਰਮੈਂਟ ਸਾਡਾ ਕਰੋੜਾਂ ਰੁਪਇਆ ਫੰਡ ਰੋਕੀ ਖੜੀ ਹੈ। ਗੱਲਾਂ ਕਰਦਾ ਕਿ ਮੈਨੂੰ 13 MP ਜਿਤਾ ਕੇ ਭੇਜੋ, ਜਿਹੜੇ 7 ਨਮੂਨੇ ਤੇਰੇ ਪਹਿਲਾਂ ਨੇ ਜਿਤਾ ਕੇ ਭੇਜੇ ਨੇ, ਕਿੰਨਾ ਨੇ ਪੰਜਾਬ ਦੀ ਗੱਲ ਕਰੀ ਹੈ। ਰਾਘਵ ਚੱਡਾ ਰਾਜ ਸਭਾ ਮੈਂਬਰ ਲਾ ਹੋਇਆ, ਜਿਹਦੇ MP ਤੋਂ ਵੱਧ ਪਾਵਰਾਂ ਹੁੰਦੀਆਂ ਨੇ। ਆਹ ਲਵਲੀ ਯੂਨੀਵਰਸਿਟੀ ਵਾਲਾ ਲਾਇਆ ਹੋਇਆ, ਸੰਦੀਪ ਪਾਠਕ ਲਾਇਆ ਹੋਇਆ ਦਿੱਲੀ ਦਾ, ਤੇ ਹਰਭਜਨ ਸਿੰਘ ਡਾਇਰੈਕਟਰ ਲਾਇਆ ਹੋਇਆ ਰਾਜ ਸਭਾ ਮੈਂਬਰ। ਉਹ ਕਿਹੜੇ ਜਾ ਕੇ ਪੰਜਾਬ ਦੀ ਗੱਲ ਕਰੀ ਹੈ? ਸਾਨੂੰ ਦੱਸ ਵੀ ਦੇ, ਸਾਡੇ ਲੋਕਾਂ ਦੇ ਉੱਪਰ ਦਿੱਲੀ ਨੇ ਗੋਲੀਆਂ ਚਲਾਈਆਂ, ਸਾਡਾ ਨੌਜਵਾਨ ਸ਼ਹੀਦ ਕਰਤਾ, ਜਿਹੜੇ ਪੰਜਾਬ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਹੋਣ, ਅੱਜ ਉਹ ਪੰਜਾਬ ਦੇ ਕਿਸਾਨ ਦਿੱਲੀ ਦੇ ਵਿੱਚ ਆ ਕੇ ਧਰਨਾ ਨਹੀਂ ਲਾ ਸਕਦੇ। ਤੂੰ ਗੱਲਾਂ ਕਿਹੜੀਆਂ ਕਰਦਾ? ਤੂੰ ਜਾਣਾ ਧਰਨਾ ਲਾਉਣ ਲਈ, ਆਪਣੇ ਕੇਜਰੀਵਾਲ ਨੂੰ ਛਡਾਉਣ ਲਈ ਜਾ ਕੇ ਧਰਨਾ ਲਾਉਣਾ, ਸੱਜੇ ਸਿੰਘ ਨੂੰ ਛਡਾਉਣ ਲਈ, ਮਨੀਸ਼ ਸੋਜਾ ਨੂੰ ਛਡਾਉਣ ਲਈ ਜਾ ਕੇ ਧਰਨਾ ਲਾਉਣਾ? ਤੂੰ ਕਦੇ ਪੰਜਾਬ ਦੇ ਲਈ ਕਿਉਂ ਨਹੀਂ ਧਰਨਾ ਲਾਇਆ? ਕਿਉਂ ਨਹੀਂ ਤੂੰ ਜਿਹੜੇ ਫੰਡ ਸੈਂਟਰ ਗੌਰਮੈਂਟ ਰੋਕੀ ਖੜੀ ਹੈ ਉਹਦੇ ਲਈ ਬੈਠਿਆ? ਕਿਉਂ ਨਹੀਂ ਕਿਸਾਨਾਂ ਲਈ ਜਾ ਕੇ ਦਿੱਲੀ ਦੇ ਵਿੱਚ ਬੈਠਾ? ਲੋਕ ਗੱਲਾਂ ਕਰਦੇ ਨੇ, ਬਹੁਤ ਸਾਰੇ ਗੱਲਾਂ ਕਹਿੰਦੇ ਨੇ ਕਿ CM ਕਿਵੇਂ ਧਰਨਾ ਲਾ ਸਕਦਾ? ਇਹਨਾਂ ਦਾ ਮੋਟਾ ਜਿਹਾ ਮੰਤਰੀ ਸੜਕਾਂ ਦੇ ਉੱਪਰ ਲੜਦਾ ਫਿਰਦਾ ਸੀ, ਉਹ ਬੈਂਸ ਜਿਹੜਾ ਗੱਲਾਂ ਸੜਕ ਦੇ ਉੱਪਰ ਲੇਟੀ ਜਾਂਦਾ ਸੀ, ਕਿਸਾਨਾਂ ਲਈ ਕਿਉਂ ਨਹੀਂ ਜਾ ਕੇ ਲੁੱਟਿਆ? ਕਿਸਾਨਾਂ ਦੇ ਪੁੱਤ ਮਾਰਦੇ ਤੂੰ ਕੇਜਰੀਵਾਲ ਲਈ ਸੜਕਾਂ ਦੇ ਉੱਪਰ ਜਾ ਕੇ ਡਰਾਮਾ ਕਰਦਾ ਸੀ, ਪਰ ਸਾਡੇ ਪੰਜਾਬ ਲਈ ਹੱਕਾਂ ਦੇ ਲਈ ਕਿਉਂ ਨਹੀਂ ਲੜੇ? ਲੜ ਸਕਦੇ ਹੋ? ਦੁਨੀਆ ਦੇ ਮੀਡੀਆ ਨੂੰ ਦੱਸੋ, ਇੰਟਰਨੈਸ਼ਨਲ ਮੀਡੀਆ ਨੂੰ ਦੱਸੋ ਕਿ ਪੰਜਾਬ ਦੇ ਨਾਲ ਧੱਕੇ ਹੋ ਰਹੇ ਨੇ, ਕਿਉਂ ਧੱਕੇ ਹੋ ਰਹੇ ਨੇ? ਭਰਾਵੋ ਪਹਿਚਾਣੀਏ, ਪਹਿਚਾਣ ਕਰੀਏ ਨਾ ਦੋਗਲਿਆਂ ਦੀ। ਇਸ ਕਰਕੇ ਭਰਾਵੋ ਆਓ, ਜਿਹੜੇ ਪੰਜਾਬ ਦੀ ਗੱਲ ਕਰਦੇ ਨੇ, ਪੰਥ ਦੀ ਗੱਲ ਕਰਦੇ ਨੇ, ਕੌਮ ਦੀ ਗੱਲ ਕਰਦੇ ਨੇ, ਡਟ ਕੇ ਨਾਲ ਸਾਥ ਦੇਈਏ। ਕਿਸੇ ਦਾ ਕੋਈ ਸਟੈਂਡ ਨਹੀਂ ਰਿਹਾ, ਆਪੋ ਆਪਣੇ ਨਿੱਜੀ ਹਿੱਤਾਂ ਦੇ ਲਈ ਪਾਰਟੀਆਂ ਬਦਲੀ ਜਾਂਦੇ ਨੇ। ਉਹ ਜਿਹੜਾ ਗੱਲਾਂ ਕਰਦਾ ਸੀਗਾ, ਜਦ ਤੱਕ ਇੱਕ ਸਟੈਂਡ ਤੇ ਖੜੇ ਨੇ ਤਾਂ ਮਾਨ ਸਾਹਿਬ ਖੜੇ ਨੇ, ਉਹ ਪਾਰਟੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀਗਾ, ਆਹ ਗੋਲਡੀ ਇੱਥੋਂ ਆ ਬੜਾ ਆਪਣੇ ਆਪ ਨੂੰ ਬੁਲਾਰਾ ਕਹਾਉਂਦਾ ਸੀਗਾ, ਮੈਂ ਯੂਨੀਵਰਸਿਟੀ ਚੋਂ ਆਇਆ, ਮੈਂ ਉੱਥੋਂ ਆਇਆ। ਅੱਜ ਤੇਰੀ ਉਹ ਭਗਵੰਤ ਮਾਨ ਨੇ ਖਿਲੀ ਦਿਹਾੜੀ ਹੈ, ਤੇਰੀ ਧਰਮ ਪਤਨੀ ਦੀ ਬਦਨਾਮੀ ਕੀਤੀ, ਪਰ ਅਸੀਂ ਸਾਰੀਆਂ ਧੀਆਂ ਭੈਣ ਦੀ ਇੱਜ਼ਤ ਕਰਦੇ ਹਾਂ। ਜਿਹੜੇ ਤੇਰੀ ਬੇਨਤੀ ਕੀਤੀ ਨਾ ਭਗਵੰਤ ਮਾਨ ਨੇ, ਤੂੰ ਮੋਟਰਸਾਈਕਲ ਸਨਮਾਨਿਤ ਕੀਤਾ, ਤੂੰ ਆਪਣੇ ਨਿੱਜੀ ਹਿੱਤਾਂ ਲਈ ਜਾ ਕੇ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਬਹਿ ਗਿਆ। ਤੂੰ ਕਿਹੜੇ ਪੰਜਾਬ ਦੀਆਂ ਗੱਲਾਂ ਕਰਦੇ ਹੋ? ਕੋਈ ਕਾਂਗਰਸ ਬਦਲਦਾ, ਕੋਈ ਝਾੜੂ ਬਦਲਦਾ, ਆਪਣੇ ਨਿੱਜੀ ਹਿੱਤਾਂ ਲਈ ਪਾਰਟੀਆਂ ਬਦਲ ਰਹੇ ਨੇ? ਆਹ ਖੜਾ ਸੱਤ ਦੇ ਵਿੱਚ ਵੀਡੀਓ ਬਣਾ ਲਿਆ ਨੌਜਵਾਨੋ, ਪ੍ਰਸ਼ਾਸਨ ਖੜਾ, ਪੁਲਿਸ ਵਾਲੇ ਖੜੇ ਨੇ, ਤੁਸੀਂ ਗੱਲਾਂ ਕਰਦੇ ਹੋ, ਮਾੜੇ ਮਾੜੇ ਨਿੱਜੀ ਹਿੱਤਾਂ ਲਈ ਮਿਲ ਜਾਂਦੇ ਹੋ? ਭਗਵੰਤ ਮਾਨ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਲੋਕ ਸਭਾ ਚੋਣ ਲੜਾਉਣ ਨੂੰ। ਮੈਂ ਕਹਿਣਾ, ਮੈਂ ਸਬੂਤ ਦਿੰਦਾ, ਮੇਰੇ ਬੰਦੇ ਨੂੰ ਕਿਹੜੇ ਟਾਈਮ ਜਾ ਕੇ ਗੱਲ ਕਹੀ ਕਿ ਜਿਸ ਦਿਨ ਮੈਂ ਮਲੇਰਕੋਟਲਾ ਜੇਲ੍ਹ ਦੇ ਵਿੱਚੋਂ ਆਇਆ ਕਿ ਭਗਵੰਤ ਮਾਨ ਨੇ ਕਿਹਾ ਕਿ ਭਾਵੇਂ ਨੇ ਅੱਜ ਤੋਂ ਬਾਅਦ ਸਰਕਾਰ ਦੇ ਖਿਲਾਫ਼ ਨਹੀਂ ਬੋਲਣਾ,
ਗਵਰਨਮੈਂਟ ਚੋਣ ਲੜਾਉਣੇ ਆ, ਤੇਰੇ ਉਹ ਦਿੱਲੀ ਦੀ ਰਾਜਨੀਤੀ ਦੇ ਮੈਂ ਮੂੰਹ ਤੇ ਨਹੀਂ ਥੁੱਕਦਾ, ਮੈਂ ਗੱਲ ਆਪਣੇ ਪੰਜਾਬ ਦੀ ਕਰਨੀ ਹੈ, ਮੈਂ ਗੱਲ ਆਪਣੇ ਕੌਮ ਦੀ ਕਰਨੀ ਹੈ। ਕਾਂਗਰਸ ਦੇ ਵੱਡੇ ਵੱਡੇ ਲੀਡਰ ਪੁਲਿਸ ਪ੍ਰਸ਼ਾਸਨ ਵਾਲੇ ਧਿਆਨ ਨਾਲ ਗੱਲ ਸੁਣ ਲਿਓ, ਜਦੋਂ ਮੈਂ ਤੁਹਾਡੀ ਗ੍ਰਿਫਤਾਰੀ ਦੇ ਵਿੱਚ ਹੁੰਦਾ ਤੁਸੀਂ ਮੇਰੇ ਤੇ ਬਹੁਤ ਸ਼ਬਦ ਢਾਉਣੇ ਹੋ, ਪਰ ਭਾਣੇ ਦੀ ਜ਼ਮੀਰ ਵਿਕਣ ਵਾਲੀ ਨਹੀਂ ਹੈਗੀ। ਕਾਂਗਰਸ ਦੇ ਅੱਟੀ ਚੁੱਤੀ ਦੇ ਮਿਨਿਸਟਰਾਂ ਨੇ ਮੇਰੇ ਨਾਲ ਜੇਲ੍ਹ 'ਚ ਮੁਲਾਕਾਤਾਂ ਕਰੀਆਂ, ਸੰਗਰੂਰ ਤੋਂ ਤੈਨੂੰ ਲੋਕ ਸਭਾ ਚੋਣ ਲੜਾਉਣੇ ਆ, ਭਾਣਾ ਕਿਤੇ ਨਾ ਅੱਜ ਵਿਕਿਆ ਨਾ ਕੱਲ੍ਹ ਵਿਕਿਆ। ਤੁਸੀਂ ਪਿੰਡਾਂ ਦੇ ਵਿੱਚ ਛੋਟੇ ਛੋਟੇ ਨਿੱਜੀ ਹਿੱਤਾਂ ਲਈ ਵਿਕੀ ਜਾਂਦੇ ਹੋ। ਭਾਣੇ ਨੇ ਦੋ ਵਾਰੀ ਸੀ ਆਈ ਦੇ ਵਿੱਚ ਬਰਨਾਲੇ ਆਪਣੇ ਸਰੀਰ 'ਤੇ ਤਦਾ ਦੱਸਿਆ ਰਿਹਾ, ਬਰਫ਼ਾਂ ਪਾਲੀਆਂ, ਪਾਣੀ ਪਾਲਿਆ, ਪਰ ਜਿਹੜਾ ਬੰਦਾ ਗੱਲ ਸਾਡੀ ਕੌਮ ਦੀ ਕਰਦਾ ਉਹਦਾ ਹਿੱਕ ਤੋੜ ਕੇ ਖੜਾਂਗੇ। ਕਿਤੇ ਪੁਲਿਸ ਦੀ ਈਡ ਨਹੀਂ ਮੰਨੀ, ਸਰਕਾਰ ਦੀ ਈਡ ਨਹੀਂ ਮੰਨੀ। ਉਹ ਲੁਧਿਆਣੇ ਦੇ ਵਿੱਚ ਸੀ ਪੀ ਸੀਗਾ ਕੁਲਦੀਪ ਚਾਹਲ, ਜ਼ੋਰ ਲਾ ਲਿਆ, ਤਸ਼ੱਦਦ ਢਾ ਲਿਆ, ਈਡ ਨਹੀਂ ਮੰਨੀ ਸਰਕਾਰ ਦੀ ਕਿ ਆਉਣ ਸਾਰ ਜਿਹੜਾ ਆ ਕੇ ਭੂਈ ਭਗਵੰਤ ਮਾਨ ਦਾ ਚਿਹਰਾ ਦੱਸਿਆ ਕਿ ਸਿੱਖ ਐਂਟੀ ਚਿਹਰਾ ਹੈ, ਕਿ ਪੰਜਾਬ ਦੇ ਵਿੱਚ ਪਖੰਡਵਾਦ ਕਰਦਾ ਹੈ। ਅਸੀਂ ਆਪਣਾ ਹੁਣ ਪੰਜਾਬ ਦੇ ਲੋਕ ਜਾਗ ਚੁੱਕੇ ਨੇ, ਸੰਗਰੂਰ ਵਾਲੇ ਤੁਹਾਡੀ ਵੱਖਰੀ ਦੁਨੀਆ ਦੇ ਵਿੱਚ ਪਹਿਚਾਣ ਹੈ। ਇਹ ਸਰਕਾਰ ਦਾ ਬਾਟਾ ਮਾਏ ਦੀ ਆਈ ਹੈ, ਬਾਟਾ ਮਾਣ ਕੇ ਤੁਰਨਾ। ਗੱਲਾਂ ਕਰਦਾ ਮੀਤ ਹਿਰ, 13 ਦੇ 13 ਚੁਣੇ ਹੋਏ ਨੁਮਾਇੰਦਿਆਂ ਨੂੰ ਚੋਣ ਲੜਾ ਰਹੇ ਭਗਵੰਤ ਮਾਨ, ਇਹਨੂੰ ਕੋਈ ਚੋਣ ਲੜਨ ਵਾਲਾ ਚਿਹਰਾ ਨਹੀਂ ਆਇਆ। ਚੁਣਿਆ ਹੋਇਆ ਮੰਤਰੀ ਮੀਂਹ ਦੇ ਚੋਣ ਲੜ ਰਿਹਾ, ਚੁਣਿਆ ਹੋਇਆ ਮੰਤਰੀ ਬਲਬੀਰ ਸਿੰਘ ਚੋਣ ਲੜ ਰਿਹਾ, ਚੁਣਿਆ ਹੋਇਆ ਮੰਤਰੀ ਖੁੱਡੀਆਂ ਸਾਹਿਬ ਚੋਣ ਲੜ ਰਹੇ ਨੇ, ਚੁਣਿਆ ਹੋਇਆ ਮੰਤਰੀ ਕੁਲਦੀਪ ਢਾਲੀਵਾਲ, ਲਾਲਜੀਤ ਭੁੱਲਰ ਜਿਹੜਾ ਕਿ ਅੰਮ੍ਰਿਤਪਾਲ ਦੇ ਵਿਰੁੱਧ ਚੋਣ ਲੜ ਰਿਹਾ। ਤੁਹਾਨੂੰ ਕੋਈ, ਤੁਸੀਂ ਕਹਿ ਰਹੇ ਸੀ ਆਮ ਤੱਪੜਾਂ ਨੂੰ ਆਮ ਚੋਣਾਂ ਲੜਾਵਾਂਗੇ, ਉਹ ਤੁਹਾਨੂੰ ਕੋਈ ਆਮ ਚਿਹਰਾ ਨਹੀਂ ਤੁਹਾਡੀ ਪਾਰਟੀ ਦੇ ਵਿੱਚ ਉੱਥੇ ਆਇਆ। ਇਸ ਕਰਕੇ ਭਰਾਵੋ, ਕਾਂਗਰਸ ਝਾੜੂ ਬਾਦਲ ਦਲ ਜਿਹੜੇ ਅੱਜ ਬਾਦਲ ਦਲ ਵਾਲੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਬੰਦੀ ਸਿੰਘਾਂ ਦੀਆਂ, ਉਹਨਾਂ ਨੂੰ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਨੇ, ਬੰਦੀ ਸਿੰਘਾਂ ਨੂੰ ਉਹ ਆਹੀ ਅੰਮ੍ਰਿਤਪਾਲ ਨੂੰ ਉਹ ਆਰਐਸਐਸ ਦਾ ਪਤਾ ਨਹੀਂ ਕੀ ਬੋਲਦੇ ਰਹੇ ਨੇ। ਇਸ ਕਰਕੇ ਭਰਾਵੋ, ਆਓ ਆਪਣਾ ਮੂਲ ਪਹਿਚਾਣੀਏ, ਆਓ ਆਪਣੀ ਪਹਿਚਾਣ ਕਰੀਏ। ਇਸ ਕਰਕੇ ਆਓ ਜਿਹੜੇ ਪੰਜਾਬ ਦੇ ਨਾਲ ਲੰਬੇ ਸਮੇਂ ਤੋਂ ਸਟੈਂਡ ਲੈ ਕੇ ਪੰਜਾਬ ਲਈ ਖੜੇ ਨੇ, ਜ਼ਿਲ੍ਹਾ ਕੱਟਦੀਆਂ ਨੇ ਕੌਮ ਦੇ ਜਰਨੈਲਾਂ ਨੇ, ਆਓ ਉਹਨਾਂ ਦਾ ਸਾਥ ਦਈਏ। ਵੱਡੀ ਗਿਣਤੀ ਦੇ ਵਿੱਚ ਆਪਾਂ ਵੋਟਾਂ ਪਾ ਕੇ ਜਿਤਾ ਕੇ ਭੇਜੀਏ। ਪੂਰੇ ਸੰਗਰੂਰ ਦੇ ਵਿੱਚ ਇਹ ਲਹਿਰ ਚੱਲ ਚੁੱਕੀ ਹੈ ਕਿ ਤੁਸੀਂ ਦੇਖਦੇ ਕਿ ਤੁਹਾਡੇ ਪਿੰਡ ਦੇ ਵਿੱਚ ਕਿੰਨੀ ਲੀਡ ਕਰਦੇ ਨੇ ਮਾਨ ਸਾਹਿਬ, ਪਰ ਜਿੱਤ ਪੱਕੀ ਹੈ। ਤੁਸੀਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਦੇ ਵਿੱਚ ਕਿਵੇਂ ਮੋਹਰ ਲਾਉਣੀ ਹੈ, ਤੁਸੀਂ ਕਿਵੇਂ ਜਿਹੜਾ ਆਪਣੇ ਪਿੰਡ ਦੇ ਵਿੱਚੋਂ ਲੋਕਾਂ ਨੂੰ ਲਾਮਬੰਦ ਕਰਕੇ ਜਾਗਰੂਕ ਕਰਕੇ ਕਿਵੇਂ ਜਿਹੜਾ ਆਪਾਂ ਨੂੰ ਕੌਮ ਦੇ ਪਾਸੇ ਤੋਰਨਾ। ਇਸ ਕਰਕੇ ਆਓ, ਸਾਡਾ ਸਿੱਖ ਰਾਜ ਰਿਹਾ, ਮੁਸਲਮਾਨਾਂ ਦੀ ਗਿਣਤੀ ਸਭ ਤੋਂ ਵੱਧ ਸਿੱਖ ਰਾਜ ਦੇ ਵਿੱਚ ਰਹੀ ਹੈ, ਹਿੰਦੂਆਂ ਦੀ ਗਿਣਤੀ ਸਭ ਤੋਂ ਵੱਧ ਰਹੀ ਹੈ, ਅਤੇ ਤੀਜੇ ਨੰਬਰ 'ਤੇ ਗਿਣਤੀ ਸਿੱਖਾਂ ਦੀ ਰਹੀ ਹੈ। ਸਾਡੇ ਰਾਜ ਦੇ ਵਿੱਚ ਕਿਸੇ ਧਰਮ ਨੂੰ ਠੇਸ ਨਹੀਂ ਪਹੁੰਚੀ, ਕਿਸੇ ਮਸਜਿਦ ਨੂੰ ਠੇਸ ਨਹੀਂ ਪਹੁੰਚੀ। ਜੇਕਰ ਕਿਸੇ ਨੇ ਆ ਕੇ ਕੋਈ ਮਸਜਿਦ ਉੱਪਰ ਅਟੈਕ ਕੀਤਾ ਤਾਂ ਸਾਡੇ ਰਾਜ ਨੇ ਸੋਨਾ ਚੜਾਤਾ। ਤੁਸੀਂ ਹਰਿਆਣੇ ਦੇ ਵਿੱਚ ਮਸਜਿਦਾਂ ਦੇ ਉੱਪਰ ਅਟੈਕ ਕਰਾਏ, 7-7 ਬੰਦੇ ਮਾਰੇ, ਤੁਸੀਂ ਉਹਨਾਂ ਦੇ ਵਿੱਚ ਉਹਨਾਂ ਦੇ ਉੱਪਰ ਕੱਖ ਨਹੀਂ ਕੀਤਾ। ਸਾਡੇ ਪੰਜਾਬ ਦੇ ਵਿੱਚ ਮੈਂ ਗੱਲ ਕਹਿਣਾ ਮੁਸਲਮਾਨ ਭਰਾਵਾਂ ਨੂੰ ਕਿ ਮਰੇਲਕੋਟਲਾ ਦੇ 33 ਵਾਰੀ ਲੱਗਣ ਦੇਵਾਂਗੇ, ਉੱਥੇ ਮਸਜਿਦਾਂ ਦੇ ਉੱਪਰ ਬਹੁਤ ਅਟੈਕ ਕਰਾਏ। ਇੱਥੇ ਕੋਈ ਸਾਡੇ ਝਾਕ ਕੇ ਦੇਖੇ ਤੁਹਾਡੇ ਸਾਡੇ ਕੋਈ ਭਰਾਵਾਂ ਵੱਲ ਘੱਟ ਗਿਣਤੀ ਦੇ ਭਰਾਵਾਂ ਵਾਲੇ ਹੋ ਕੇ ਧਿਕਾ ਕਰਕੇ ਧਿਕਾਵੋ ਮੋਦੀ। ਅਸੀਂ ਲੜ ਲਈ ਤਿਆਰ ਹੈ, ਮੱਟ ਮਰਨ ਮਿਟ ਲਈ ਤਿਆਰ ਹੈ। ਆਓ ਪੰਜਾਬ ਦੇ ਨੌਜਵਾਨੋ, ਆ ਕੇ ਆਪਾਂ ਜਿਹੜਾ ਆਪਣੇ ਜਰਨੈਲਾਂ ਸਾਥ ਦਈਏ, ਜਿਹੜੀ ਕੌਮ ਦੇ ਗੱਲ ਕਰਨ ਵਾਲੇ ਜਰਨੈਲਾਂ ਸਾਥ ਦਈਏ। ਇਹ ਪੰਜਾਬ ਦੇ ਲਈ ਐਮਲੇਖ ਨੂੰ ਲੜਦੇ ਰਵਾਂਗੇ, ਤੜਕੇ ਲੋਕਾਂ ਦੀ ਗੱਲ ਕਰਦੇ ਰਵਾਂਗੇ, ਨੌਜਵਾਨਾਂ ਦੇ ਹਿੱਕ ਤਾੜ ਕੇ ਪੱਕ ਦੇ ਵਿੱਚ ਖੜਾਂਗੇ, ਕਿਸਾਨੀ ਲਈ ਲੜਾਂਗੇ, ਮਰਾਂਗੇ। 13 ਮਹੀਨੇ ਲਗਾਤਾਰ ਮੈਂ ਦਿੱਲੀ ਆਪਣੇ ਅੰਦੋਲਨ ਦੇ ਵਿੱਚ ਬੈਠਾ ਰਿਹਾ, ਜਿੱਥੇ ਗੱਲ ਪੰਜਾਬ ਦੀ ਹੋਈ ਹੈ, ਜਿੱਥੇ ਗੱਲ ਕੌਮ ਦੀ ਹੋਈ ਹੈ, ਡਟ ਕੇ ਖੜੇ ਹੈ। ਮੇਰੇ ਦਾਦਾ ਜੀ ਕਰਤਾਰ ਸਿੰਘ ਚੇਅਰਮੈਨ ਬੇਸ਼ੱਕ ਕਿਸਾਨ ਯੂਨੀਅਨ ਦੇ ਵੱਡੇ ਲੀਡਰ ਸੀਗੇ, ਪਰ ਉਹ ਵੀ ਮਾਨ ਸਾਹਿਬ ਨਾਲ ਤੁਰਦੇ ਰਹੇ ਨੇਗੇ। ਕਿਸਾਨ ਯੂਨੀਅਨ ਦੇ ਵਿੱਚ ਹੁੰਦੇ ਹੋਏ, ਪੰਜਾਬ ਦੇ ਵੱਡੇ ਲੀਡਰ ਹੁੰਦੇ ਹੋਏ, ਉਹਨਾਂ ਨੇ ਵੀ ਡਟ ਕੇ ਮਾਨ ਸਾਹਿਬ ਦਾ ਸਾਥ ਦਿੱਤਾ, ਪਰ ਜਿਹੜਾ ਪੰਥ ਦੇ ਕੌਮ ਦੀ ਗੱਲ ਕਰੂਗਾ, ਡਟ ਕੇ ਸਾਥ ਦੇਵਾਂਗੇ। ਆਓ ਨੌਜਵਾਨ,
ਮੂੰਹ ਦਿੱਲੀ ਵੱਲ ਹੁੰਦਾ ਹੈ, ਐਵੇਂ ਲੋਕਾਂ ਨੂੰ ਬੇਵਕੂਫ ਬਣਾਈ ਜਾਂਦੇ ਨੇ। ਭਗਵੰਤ ਮਾਨ ਨਾਲ ਚੁਣ ਚੁਣ ਬਦਲੇ ਰਵਾਂਗੇ, ਝੜ ਦੀ ਮੰਜੀ ਵੀ ਨਹੀਂ ਠੋਕਾਂਗੇ, ਲੋਕਾਂ ਨੂੰ ਲਾਹਬੰਦ ਕਰਾਂਗੇ, ਜਾਗਰੂਕ ਕਰਾਂਗੇ। ਐਂਡ ਆ ਗਿਆ, ਇਹਨਾਂ ਦਾ ਸਾਰੀਆਂ ਪਾਰਟੀਆਂ ਦਾ ਖਾਤਮਾ ਹੋਣ 'ਤੇ ਆ ਗਿਆ। ਆਓ ਪੰਜਾਬ ਦੇ ਵਿੱਚ ਪੰਥ ਦੇ ਕੌਮ ਗੱਲ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਅੱਗੇ ਲੈ ਕੇ ਆਈਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮਾਨ ਸਾਹਿਬ ਪਹੁੰਚੇ ਹੋਏ ਨੇਗੇ, ਇਸ ਕਰਕੇ ਵੱਡੀ ਗਿਣਤੀ ਦੇ ਵਿੱਚ ਆਪਾਂ ਜਿਹੜਾ ਕਿ ਮਾਨ ਸਾਹਿਬ ਦਾ ਸਾਥ ਦੇ ਕੇ ਇੱਥੋਂ ਹਲਕਾ ਸੰਗਰੂਰ ਦੇ ਵਿੱਚੋਂ ਆਪਾਂ ਜਿਤਾ ਕੇ ਭੇਜੀਏ। ਹਿੱਟ ਤਾਣ ਕੇ ਆਪਣੇ ਕੌਮ ਦੀ ਗੱਲ ਕੀਤੀ ਹੈ। ਕੈਨੇਡਾ ਦੇ ਵਿੱਚ ਸਾਡੇ ਨਿੱਜਰ ਸਾਹਿਬ 'ਤੇ ਗੋਲੀ ਮਾਰੀ, ਕਿਸੇ ਨੇ ਨਹੀਂ ਬੋਲਿਆ। ਮਾਨ ਸਾਹਿਬ ਨੇ ਪਾਰਲੀਮੈਂਟ ਦੇ ਵਿੱਚ ਖੜ੍ਹ ਕੇ ਕਿਹਾ, ਸਾਰਾ ਕੈਨੇਡਾ ਆਪਣੇ ਸਿਟੀਜ਼ਨ ਦੇ ਪੱਖ ਦੇ ਵਿੱਚ ਖੜ੍ਹਾ ਹੈ, ਕੌਮ ਦੇ ਬੰਦੇ ਦੇ ਪੱਖ ਦੇ ਵਿੱਚ ਖੜ੍ਹਾ ਹੈ, ਪਰ ਸਾਡੇ ਕਿਸੇ ਇੱਥੇ ਕਿਸੇ ਨੇ ਜਾ ਕੇ ਗੱਲ ਨਹੀਂ ਕੀਤੀ। ਤਾਂ ਇਕੱਲੇ ਜਿਹੜੇ ਮਾਨ ਸਾਹਿਬ ਨੇ ਜਿਹਨਾਂ ਨੇ ਉਹਨਾਂ ਨੇ ਜਾ ਕੇ ਉੱਥੇ ਲੋਕ ਸਭਾ ਦੇ ਵਿੱਚ ਗੱਲ ਕਹੀ ਆ ਕਿ ਤੂੰ ਸਾਡਾ ਮਿੱਤਰ ਮਾਰਿਆ ਤਾਂ ਮਾਰਿਆ ਕਿਉਂ, ਤੁਸੀਂ ਸਾਡੇ ਨੌਜਵਾਨਾਂ ਦੇ ਉੱਪਰ, ਸਿੱਖ ਨੌਜਵਾਨਾਂ ਦੇ ਉੱਪਰ ਗੋਲੀਆਂ ਕਿਉਂ ਮਾਰ ਰਹੇ ਹੋ, ਕਿਉਂ ਤੁਸੀਂ ਉਹਨਾਂ ਨੂੰ ਚੁਣ ਚੁਣ ਕੇ ਮਾਰ ਰਹੇ ਹੋ, ਕਿਉਂ ਜਿਹਨਾਂ ਦੇ ਵਿੱਚ ਸੁੱਟ ਰਹੇ ਹੋ। ਇਹ ਕੌਮ ਦੀ ਗੱਲ ਕਰਨ ਵਾਲੇ ਤਾਂ ਮਾਨ ਸਾਹਿਬ ਨੇ, ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪਰ ਮੈਂ ਉਮੀਦ ਕਰਦਾ ਕਿ ਤੁਸੀਂ ਮਾਨ ਸਾਹਿਬ ਦਾ ਸਾਥ ਦਿਓਗੇ। ਆ ਤੁਸੀਂ ਜਿੰਨੇ ਜਾਣੇ ਦੇ ਉੱਤੇ ਖੜੇ ਹੋ, ਜਾਗਦੇ ਜ਼ਮੀਰਾਂ ਨਾਲ ਖੜੇ ਹੋ, ਤੁਸੀਂ ਪਿੰਡ ਦੇ ਵਿੱਚ ਕਿਵੇਂ ਪ੍ਰਚਾਰ ਕਰਨਾ, ਕਿਵੇਂ ਲੋਕਾਂ ਨੂੰ ਲਾਮੰਦ ਕਰਨਾ ਜਿਹੜੇ ਇੱਥੇ ਪਹੁੰਚੇ ਨਹੀਂ, ਉਹ ਜ਼ਿੰਮੇਵਾਰੀ ਤੁਹਾਡੀ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।